ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਸਾਰਾ ਸਿੱਖ ਪੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ ਮਨਾ ਰਿਹਾ ਹੈ। ਅਸੀਂ ਵੀ ਆਪ ਜੀ ਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਵੱਖ ਵੱਖ ਗੁਰਦੁਆਰਾ ਸਾਹਿਬਾਨ ਜੀ ਦੇ ਦਰਸ਼ਨ ਕਰਵਾਉਂਦੇ ਹਾਂ। ਇਸੇ ਲੜੀ ਦੇ ਤਹਿਤ ਹੀ ਅੱਜ ਅਸੀਂ ਆਪ ਜੀ ਨੂੰ ਲੈ ਕੇ ਚੱਲਦੇ ਹਾਂ ਜਮਸ਼ੇਦਪੁਰ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ। ਵੈਸੇ ਤਾਂ ਜਮਸ਼ੇਦਪੁਰ ਵਿੱਚ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਨੇ, ਪਰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੀ ਸਭ ਤੋਂ ਵੱਧ ਮਾਨਤਾ ਹੈ, ਭਾਵ ਲੋਕਾਂ ਦਾ ਇਸ ਸਥਾਨ 'ਤੇ ਬਹੁਤ ਜ਼ਿਆਦਾ ਵਿਸ਼ਵਾਸ ਭਰੋਸਾ ਹੈ। ਆਓ ਸਭ ਤੋਂ ਪਹਿਲਾਂ ਕਰਦੇ ਹਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ। ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਗੁਰਬਾਣੀ ਕੀਰਤਨ ਦੇ ਪ੍ਰੋਗਰਾਮ ਸਮੇਂ-ਸਮੇਂ ਤੇ ਹੁੰਦੇ ਰਹਿੰਦੇ ਨੇ, ਜਿਸ ਵਿੱਚ ਸੰਗਤ ਅਤੇ ਵੱਖ-ਵੱਖ ਕੀਰਤਨੀ ਜਥਿਆਂ ਵੱਲੋਂ ਹਾਜ਼ਰੀ ਭਰ ਕੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ ਜਾਂਦਾ ਹੈ ਜੀ। ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ, ਵਿਕਾਸ ਅਤੇ ਇੱਥੇ ਚੱਲ ਰਹੀਆਂ ਸੇਵਾਵਾਂ ਦੇ ਬਾਰੇ ਇੱਥੋਂ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸਾਨੂੰ ਜਾਣੂ ਕਰਵਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਇਸ ਜਮਸ਼ੇਦਪੁਰ ਦੇ ਵਿੱਚ ਬਹੁਤ ਇਸ ਗੁਰਦੁਆਰੇ ਦੀ ਮਹਾਨਤਾ ਹੈ। ਇਹ ਬਾਬਾ ਦੀਪ ਸਿੰਘ ਦੀ ਯਾਦ ਵਿੱਚ ਬਣਾਇਆ ਗਿਆ ਹੈ। ਬਿਹਾਰ, ਬੰਗਾਲ, ਉੜੀਸਾ ਸਾਰੇ ਪ੍ਰਾਂਤ ਤੋਂ ਉੱਥੋਂ ਦੀ ਸੰਗਤ ਦਰਸ਼ਨਾਂ ਵਾਸਤੇ ਆਉਂਦੀ ਹੈ ਔਰ ਹਰ ਆਦਮੀ ਦੀ ਇੱਥੋਂ ਮਨੋਕਾਮਨਾ ਪੂਰਨ ਹੁੰਦੀ ਹੈ। ਬਹੁਤ ਹੀ ਸੰਗਤਾਂ ਦੀ ਇੱਥੇ ਸ਼ਰਧਾ ਹੈ ਔਰ ਸੰਗਤ ਜੋ ਦਿਨ ਭਰ ਪੂਰਾ ਸੰਡੇ ਨੂੰ ਤਾਂ ਭੀੜ ਹੀ ਰਹਿੰਦੀ ਹੈ, ਇੱਥੇ ਸੰਗਤ ਦਾ ਆਵਾਜਾਈ ਬਹੁਤ ਜ਼ਿਆਦਾ ਰਹਿੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਰਜੀਤ ਸਿੰਘ, ਇਸ ਗੁਰਦੁਆਰੇ ਦਾ ਸੇਵਾਦਾਰ, ਆਪ ਜੀ ਨੂੰ ਇਸ ਗੁਰਦੁਆਰੇ ਦੇ ਇਤਿਹਾਸ ਬਾਰੇ ਆਪ ਜੀ ਨੂੰ ਰੂਬਰੂ ਕਰਾਉਣਾ ਚਾਹੁੰਦਾ ਹੈ। ਅੱਜ ਤੋਂ ਲਗਭਗ 50 ਸਾਲ ਪਹਿਲੋਂ ਇੱਥੇ ਇੱਕ ਮਾਤਾ ਸੰਤਣੀ ਰਹਿੰਦੀ ਸੀ। ਉਸ ਮਾਤਾ ਸੰਤਣੀ ਜੀ ਨੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੀ ਔਰ ਨਾਲੇ ਇਸ ਛੋਟੇ ਜਿਹੇ ਗੁਰਦੁਆਰੇ ਨੂੰ ਬਾਬਾ ਦੀਪ ਸਿੰਘ ਜੀ ਦੇ ਨਾਂ 'ਚ ਕੀਤਾ ਸੀ।
ਸ਼ੁਰੂਆਤੀ ਤੌਰ 'ਚ ਸਾਰੇ ਬੀਬੀਆਂ ਇੱਥੇ ਆਉਂਦੀ ਸੀ, ਕੀਰਤਨ ਕਰਦੇ ਸੀ। ਹੌਲੀ ਹੌਲੀ ਸੰਗਤ ਵੱਧਦੀ ਗਈ, ਸਾਰੇ ਟਾਊਨ ਡਿਵਲਪ ਹੁੰਦਾ ਗਿਆ। ਅੱਜ ਇਸ ਗੁਰਦੁਆਰੇ ਦੀ ਮਾਨਤਾ ਇੰਨੀ ਹੈਗੀ ਆ, ਜਮਸ਼ੇਦਪੁਰ ਝਾਰਖੰਡ ਹੀ ਨਹੀਂ, ਇਹ ਬੰਗਾਲ ਬਿਹਾਰ ਤੋਂ ਵੀ ਲੋਕ, ਉੜੀਸਾ ਤੋਂ ਵੀ ਲੋਕ ਟ੍ਰੇਨਾਂ ਫੜ ਕੇ ਆਉਂਦੇ ਆ। ਵਾਹਿਗੁਰੂ ਦੀ ਇੱਥੇ ਇੰਨੀ ਮਿਹਰ ਹੈ ਸੰਗਤ ਦੇ ਉੱਤੇ ਕਿ ਜੋ ਮੰਗ ਲੈਂਦੇ ਆ ਉਹ ਉਹਨਾਂ ਦੀ ਪੂਰੀ ਹੁੰਦੀ ਆ। ਐਤਵਾਰ ਵਾਲੇ ਦਿਨ ਇੱਥੋਂ ਦਾ ਨਜ਼ਾਰਾ ਦੇਖਣ ਲਾਇਕ ਹੁੰਦਾ ਹੈ। ਇੱਥੇ ਹਰ ਤਰ੍ਹਾਂ ਦੇ ਰਾਗੀ ਜਿੱਥੇ ਆਉਂਦੇ ਆ, ਛੋਟੇ ਛੋਟੇ ਬੱਚਿਆਂ ਨੂੰ ਅਸੀਂ ਇੱਥੇ ਸਟੇਜ 'ਚ ਮੌਕਾ ਦਿੰਦੇ ਆ ਕਿ ਉਹ ਗੁਰੂ ਘਰ ਦੇ ਕੀਰਤਨ ਸਿੱਖਣ, ਅੱਗੇ ਵਧਣ। ਨਾਲੇ ਇੱਥੋਂ ਦੀ ਜਿੰਨੀ ਸਮੂਹ ਸਾਧ ਸੰਗਤ ਦੇ ਨਾਲ ਕਮੇਟੀ ਔਰ ਇਸਤਰੀ ਸਾਧਨ ਸਭਾ, ਨੌਜਵਾਨ ਸਭਾ ਸਾਰੇ ਮਿਲ ਕੇ ਇੱਥੇ ਸਾਰੇ ਆਪਣੇ ਆਪ ਨੂੰ ਸੇਵਾਦਾਰ ਸਮਝ ਕੇ ਸੇਵਾ ਕਰਦੇ ਨੇ, ਇਸ ਗੱਲ ਦਾ ਮੈਂ ਮਾਣ ਕਰਦਾ ਹਾਂ। ਆਪ ਜੀ ਨੂੰ ਇੱਕ ਜਾਣਕਾਰੀ ਦੇਣਾ ਚਾਹੁੰਦਾ ਹਾਂ, ਇੱਥੋਂ ਦਾ ਜੋ ਗੁਰਦੁਆਰਾ ਸਾਹਿਬ ਹੈਗਾ ਹੈ, ਇਹ ਜਮਸ਼ੇਦਪੁਰ 'ਚ ਜਿੰਨੇ ਵੀ ਗੁਰਦੁਆਰੇ ਸਾਹਿਬ ਹੈਗੇ ਆ ਉਹ ਤੋਂ ਬਹੁਤ ਛੋਟਾ ਹੈ, ਪਰ ਇਹਦੀ ਮਾਨਤਾ ਬਹੁਤ ਅਧਿਕ ਆ। ਬਸ ਇੰਨੀ ਹੀ ਛੋਟੀ ਜਿਹੀ ਜਾਣਕਾਰੀ ਨਾਲ ਮੈਂ ਸਮਾਪਤ ਕਰਨਾ ਚਾਹੁੰਦਾ ਹਾਂ। ਮੈਂ ਸੁਰਜੀਤ ਸਿੰਘ, ਇਸ ਗੁਰੂ ਘਰ ਦਾ ਸੇਵਾਦਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਵਿਨਾਸ਼ ਸਿੰਘ, ਇਸ ਗੁਰੂ ਘਰ ਦਾ ਸੇਵਾਦਾਰ, ਬਾਬਾ ਦੀਪ ਸਿੰਘ ਜੀ ਸ਼ਹੀਦ ਸੀਤਾ ਰਾਮ ਡੇਰੇ। ਮੈਂ ਤੁਹਾਨੂੰ ਲਾਸਟ ਅਸੀਂ 3 ਸਾਲ ਦਾ ਮੈਂ ਪਹਿਲੇ ਸੁਣਾਦਾ, ਜਿਹੜੇ ਅਸੀਂ ਕੰਮ ਕੀਤੇ ਆ। ਇਹ ਗੁਰਦੁਆਰੇ ਦੇ ਹੈ ਬਹੁਤ ਛੋਟਾ, ਠੀਕ ਹੈ, ਸੰਗਤਾਂ ਦੀ ਬੇਨਤੀ ਆਈ ਸਾਨੂੰ ਕਿ ਜਗ੍ਹਾ ਛੋਟੀ ਹੈ, ਸਾਨੂੰ ਜਗ੍ਹਾ ਲੈਣੀ ਚਾਹੀਦੀ। ਸੰਗਤਾਂ ਦੇ ਸਹਿਯੋਗ ਨਾਲ ਅਸੀਂ ਨਾਲ ਦੇ ਨਾਲ ਵਾਲਾ ਪਲੋਟ ਲਿੱਤਾ ਜੋ 1.9 ਕਰੋੜ ਰੁਪਏ ਦਾ ਹੈ, ਪਹਿਲੀ। ਦੂਸਰੀ ਹੈ, ਇਹ ਗੁਰਦੁਆਰਾ ਅੱਜ ਤੋਂ 50 ਸਾਲ ਲੈ ਲਓ, ਅੱਜ ਤੱਕ ਰਜਿਸਟ੍ਰੇਸ਼ਨ ਨਹੀਂ ਹੋਇਆ ਸੀ, ਰਜਿਸਟਰ ਕਰਾਇਆ ਸੀ ਉਹਨੂੰ ਸੁਸਾਇਟੀ ਐਕਟ 'ਚ, ਇਹ ਉਪਲਬਧੀ ਹੈ। ਪੈਨ ਕਾਰਡ ਬਣਾਇਆ, ਸਭ ਤੋਂ ਵੱਡੀ ਉਪਲਬਧੀ ਮੈਂ ਇਹ ਕਹੂੰਗਾ, ਜਿਹੜੇ ਅਸੀਂ ਇਹ ਡਿਜੀਟਲਾਈਜੇਸ਼ਨ ਜੋ ਨਵੇਂ ਜ਼ਮਾਨੇ 'ਤੇ ਚੱਲੇ ਆ, ਇਸ ਗੁਰਦੁਆਰੇ 'ਤੇ ਅਸੀਂ ਡਿਜੀਟਲਾਈਜੇਸ਼ਨ ਰਸੀਦਾਂ ਕਰਤੀਆਂ ਕਿ ਬੰਦਾ 10 ਰੁਪਏ ਚੜ੍ਹਾਏ ਜਾਂ 5 ਰੁਪਏ ਚੜ੍ਹਾਏ, ਉਹਨੂੰ ਪ੍ਰੋਪਰ ਰਸੀਦ ਮਿਲਦੀ ਹੈ, ਡਿਜੀਟਲ ਕੰਪਿਊਟਰਾਈਜ਼ ਰਸੀਦ ਮਿਲਦੀ, ਔਰ ਜੋ ਪੈਸੇ ਉਹ ਚੜ੍ਹਾਏ ਆ ਪ੍ਰੋਪਰ ਉਹਨੂੰ ਮੈਸੇਜ ਚੱਲ ਜਾਂਦੇ ਕਿ ਬੰਤੇ ਨੂੰ ਕੋਈ ਵੀ ਸ਼ੰਕਾ ਨਾ ਰਹੇ ਕਿ ਮੇਰੇ ਪੈਸੇ ਇੱਧਰ ਉੱਧਰ ਗਏ, ਨਹੀਂ, ਪ੍ਰੋਪਰ ਗੁਰਦੁਆਰੇ 'ਚ ਹੀ ਗੋਲਕ 'ਤੇ ਗਏ ਗੁਰੂ ਘਰ ਦੀ। ਇਹ ਉਪਲਬਧੀ ਆ, ਅਤੇ ਹੋਰ ਉਪਲਬਧੀਆਂ ਅਸੀਂ ਕੀਤੀਆਂ, ਪੂਰਾ ਰੈਨੋਵੇਸ਼ਨ ਉੱਤੋਂ ਦੀ ਲੈ ਕੇ ਥੱਲੇ ਤੱਕ, ਜੋ ਪਹਿਲੇ ਗੁਰਦੁਆਰਾ ਇੱਕ ਘਰ ਵਰਗਾ ਨਜ਼ਰ ਆਉਂਦਾ ਸੀ, ਹੁਣ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਪੂਰਾ ਉਹਨੂੰ ਵਾਈਟ, ਅੰਦਰ ਤੋਂ ਲੈ ਕੇ ਬਾਹਰ ਤੱਕ ਪੂਰਾ ਉਹਨੂੰ ਵਾਈਟ ਕੀਤਾ, ਗੁੰਬਦ ਬਣਾਇਆ, ਫਰੰਟ ਲੁੱਕ ਚੇਂਜ ਕੀਤਾ। ਆ ਸੰਗਤ ਦੂਰੋਂ ਤੋਂ ਆਉਂਦੀ ਹੈ ਤਾਂ ਕਹਿੰਦੇ ਹਾਂ ਇਹ ਹੈਗਾ ਸਾਡਾ ਗੁਰਦੁਆਰਾ ਸੀਤਾ ਰਾਮ ਡੇਰਾ ਦਾ। ਹੋਰ ਉਪਲਬਧੀਆਂ ਅਸੀਂ ਇਸ ਤਰ੍ਹਾਂ ਕੀਤੀਆਂ ਜੇ ਕਿ ਸਾਹਮਣੇ ਦੀ ਸ਼ੈੱਡ ਬਹੁਤ ਖਰਾਬ ਹੋ ਗਈ ਸੀ, ਪਾਣੀ ਚੋਂਦਾ ਸੀ ਉੱਚੋਂ ਦੀ, ਅਸੀਂ ਪੂਰੀ ਸ਼ੈੱਡ ਦੇ ਡਿਵਲਪਮੈਂਟ ਕੀਤਾ, ਪ੍ਰੋਪਰ ਅਸੀਂ ਨਿਸ਼ਾਨ ਸਾਹਿਬ ਲਾਇਆ, ਥੱਲੇ ਉੱਤੇ ਦੋਵੇਂ ਪਾਸੇ ਅਸੀਂ ਨਿਸ਼ਾਨ ਸਾਹਿਬ ਲਾਇਆ। ਫਿਊਚਰ ਪਲੈਨਿੰਗ ਹੁਣ ਮੈਂ ਤੁਹਾਨੂੰ ਦੱਸਦਾ, ਜਿਹੜਾ ਅਸੀਂ ਨਾਲ ਪਲੋਟ ਲਿਆ ਹੈ 1.9 ਕਰੋੜ ਰੁਪਏ ਦਾ, ਉਹਦੇ ਵਾਸਤੇ ਅਸੀਂ ਇਹ ਪਲੈਨ ਕੀਤਾ ਕਿ ਥੱਲੇ ਪਾਰਕਿੰਗ, ਸਾਡੀ ਫੈਸਿਲਿਟੀ ਬਹੁਤ ਘੱਟ ਆ, ਜਿਹੜੀ ਸੰਗਤ ਆਉਂਦੀ ਹੈ ਪਾਰਕਿੰਗ ਦੀ ਬਹੁਤ ਪ੍ਰੋਬਲਮ ਹੁੰਦੀ, ਅਤੇ ਥੱਲੇ ਅਸੀਂ ਬੇਸਮੈਂਟ 'ਤੇ ਪ੍ਰੋਪਰ ਪਾਰਕਿੰਗ ਫੈਸਿਲਿਟੀ ਬਣਾਉਣੀ ਹੈ। ਲੰਗਰ ਘਰ, ਲੰਗਰ ਹਾਲ ਦੀ ਪੂਰੀ ਡਿਵਲਪਮੈਂਟ ਕਰਨੀ ਹੈ, ਜੋ ਛੋਟਾ ਕਰਕੇ ਅਸੀਂ ਬਹੁਤ ਕਮੀਆਂ ਆ ਜਾਂਦੀ ਸਾਨੂੰ ਲੰਗਰ ਕਰਾਉਣ 'ਚ, ਅਤੇ ਲੰਗਰ ਹਾਲ ਚੰਗੀ ਤਰ੍ਹਾਂ ਅਸੀਂ ਉਹ ਪਲੋਟ 'ਚ ਡਿਵਲਪ ਕਰਨਾ, ਅਤੇ ਨਾਲ ਜਿਹੜੇ ਕੀਰਤਨੀ ਜੱਥੇ ਆਉਂਦੇ ਆ ਬਾਹਰੋਂ, ਸਾਡੀ ਜਗ੍ਹਾ ਬਹੁਤ ਘੱਟ ਕਰਕੇ ਅਸੀਂ ਉਹਨਾਂ ਨੂੰ ਆਪਣੇ ਜਗ੍ਹਾ ਸਥਾਨ ਨਹੀਂ ਦੇ ਸਕਦੇ, ਤਾਂ ਅਸੀਂ 1-2 ਰੂਮ ਡਿਵਲਪ ਕਰਨੇ ਚੰਗੇ, ਜੋ ਕਿ ਕੀਰਤਨੀ ਜੱਥੇ ਆਵੇ ਉੱਥੇ ਰਵੇ। ਹੋਰ ਵੀ ਅਸੀਂ ਸੋਚਿਆ ਕਿ ਮੈਡੀਕਲ ਟ੍ਰੀਟਮੈਂਟ ਵਾਸਤੇ ਜਿਹੜੇ ਲੋੜਵੰਦ ਆਉਂਦੇ ਗਰੀਬ, ਉਹਨਾਂ ਵਾਸਤੇ 1 ਮਹੀਨੇ ਦਾ ਇੱਕ ਬਜਟ ਕੱਢੀਏ ਕਿ ਜੋ ਵੀ ਮੈਡੀਕਲ ਹੈ, ਚਾਹੇ ਸਿੱਖ ਹੋ ਜਾਂ ਨੋਨ ਸਿੱਖ ਹੈ, ਸਾਰਿਆਂ ਪਾਸੇ ਅਸੀਂ ਹੈਲਪ ਕਰਨੀ ਹੈ। ਇੱਕ ਮੈਡੀਕਲ ਬਜਟ ਹੋਊਗਾ ਲੋੜਵੰਦ ਨੂੰ, ਅਸੀਂ ਉਸ ਹਿਸਾਬ ਨਾਲ ਉਹਨੂੰ ਦਿੱਤੀ ਜਾਊਗੀ। ਇਹ ਕੁਛ ਫਿਊਚਰ ਪਲੈਨਿੰਗ ਸੀ, ਅਤੇ ਨਾਲ ਜਿਹੜੇ ਅਸੀਂ ਕੰਮ ਕੀਤੇ ਸੀ ਉਹਦੇ ਬਾਰੇ ਵਿਸਤਾਰ ਸੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰੇ ਹੀ ਜਾਣੂ ਹੋ, ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਕਰਮ ਸਿੰਘ ਜੀ, ਜਿਹੜੇ ਪਹਿਲਾਂ 3 ਸਾਲ ਦੀ ਸੇਵਾ ਇਹਨਾਂ ਨੇ ਨਿਭਾਈ ਹੈ, ਹੁਣ ਦੁਬਾਰਾ ਜਿਹੜਾ ਹੈ ਸਰਸਮਤੀ ਨਾਲ ਸਾਂਝੇ ਤੌਰ 'ਤੇ ਇਹਨਾਂ ਦੇ ਅੱਛੇ ਕੰਮਾਂ ਨੂੰ ਧਿਆਨ 'ਚ ਰੱਖਦੇ ਹੋਏ ਸੰਗਤਾਂ ਨੇ ਇਹਨਾਂ ਨੂੰ ਫਿਰ ਜਿਹੜੀ ਹੈ 3 ਸਾਲ ਦੀ ਸੇਵਾ ਜਿਹੜੀ ਹੈ ਉਹ ਦਿੱਤੀ ਹੈ। ਇਹਨਾਂ ਦੇ ਨਾਲ ਹੀ ਸਾਡੇ ਬਲਵੀਰ ਸਿੰਘ ਜੀ, ਜਿਹੜੇ ਕਿ ਮੀਤ ਪ੍ਰਧਾਨ ਦੀ ਸੇਵਾ ਕਰਦੇ ਰਹੇ, ਉਹ ਵੀ ਨਾਲ ਹੀ ਹਨ। ਨਾਲ ਹੀ ਨਾਲ ਸਰਜੀਤ ਸਿੰਘ ਜੀ, ਕ੍ਰਾਂਤੀਕਾਰੀ ਇਹ ਯੁਵਾ ਸਾਥੀ ਨੇ, ਜਿਹੜੇ ਕਿ ਇਸ ਵੇਲੇ ਜਨਰਲ ਸਕੱਤਰ ਦੀ ਸੇਵਾ ਕਰ ਰਹੇ ਹਨ। ਇਸ ਦੇ ਇਲਾਵਾ ਸਾਡੀਆਂ ਹੋਰ ਭੈਣਾਂ ਜਿਹੜੇ ਅਹੁਦੇਦਾਰ ਨੇ, ਸਾਡੇ ਨੌਜਵਾਨ ਜਿਹੜੇ ਅਹੁਦੇਦਾਰ ਹੈਗੇ ਨੇ, ਕੰਮ ਕਰ ਰਹੇ ਨੇ, ਬਹੁਤ ਅੱਛਾ ਕੰਮ ਕਰ ਰਹੇ ਨੇ, ਉਹ ਸਾਰੇ ਹੀ ਇਸ ਮੌਕੇ 'ਤੇ ਜਿਹੜਾ ਇਸ ਵੇਲੇ
ਮੌਜੂਦ ਹਨ। ਸਾਰਿਆਂ ਦਾ ਅਸੀਂ ਆਪਣੇ ਵੱਲੋਂ ਜਿਹੜਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ, ਔਰ ਅਸੀਂ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਵਿੱਚ ਜਿਹੜਾ ਉਤਸ਼ਾਹ ਹੈ ਇਸ ਵੇਲੇ, ਇਹ ਉਤਸ਼ਾਹ ਜਿਹੜਾ ਹੈ ਹੋਰ ਵਧਾਏ, ਔਰ ਆਉਣ ਵਾਲੇ ਸਮੇਂ 'ਚ ਇੱਥੇ ਬਾਬਾ ਦੀਪ ਸਿੰਘ ਜੀ ਜਿਹੜਾ ਗੁਰਦੁਆਰਾ ਹੈ ਇਹਦੇ ਵਿੱਚ ਜਿਹੜਾ ਹੈ ਹੋਰ ਵੱਧ ਚੜ੍ਹ ਕੇ ਜਿਹੜਾ ਉਤਸ਼ਾਹ ਦੇ ਨਾਲ ਕੰਮ ਕਰ ਸਕਣ। ਦਾਸ ਇਸ ਗੱਲ ਦੀ ਬੜੀ ਖੁਸ਼ੀ ਦੀ ਗੱਲ ਹੈ, ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਆਪ ਜੀ ਸਾਰੇ ਹੀ ਜਾਣੂ ਹੋ, ਇਹ ਇੱਕ ਐਸਾ ਜਮਸ਼ੇਦਪੁਰ ਦੇ ਵਿੱਚ ਗੁਰਦੁਆਰਾ ਹੈ ਜਿਹਨੂੰ ਝਾਰਖੰਡ ਹੀ ਨਹੀਂ, ਬਿਹਾਰ ਤੋਂ ਲੈ ਕੇ ਹੋਰ ਵੀ ਬੰਗਾਲ ਵਿੱਚ ਕਲਕੱਤੇ ਚਲ ਜਾਓ ਤੁਸੀਂ, ਖੜਗਪੁਰ ਚਲ ਜਾਓ, ਹੋਰ ਇਲਾਕਿਆਂ 'ਚ ਚਲ ਜਾਓ, ਇਸ ਗੁਰਦੁਆਰੇ 'ਚ ਪਤਾ ਨਹੀਂ ਕੀ ਗੱਲ ਹੈ, ਵਾਹਿਗੁਰੂ ਦੀ ਬੜੀ ਕਿਰਪਾ ਹੈ ਕਿ ਅਸੀਂ ਹਾਲਾਂਕਿ ਅੰਧ ਵਿਸ਼ਵਾਸ ਨੂੰ ਅਸੀਂ ਨਹੀਂ ਮੰਨਦੇ, ਲੇਕਿਨ ਸੱਚਾਈ ਇਹ ਵੀ ਹੈ ਕਿ ਇਸ ਗੁਰਦੁਆਰਾ ਸਾਹਿਬ ਵਿਖੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਹਨ, ਹੋਰ ਇੱਥੇ ਆ ਕੇ ਜਿਹੜਾ ਹੈ ਮੱਥਾ ਟੇਕਦੀਆਂ ਹਨ, ਲੇਕਿਨ ਇਹ ਜਿਹੜਾ ਗੁਰਦੁਆਰਾ ਹੈ ਇੱਥੋਂ ਜਮਸ਼ੇਦਪੁਰ ਦੀਆਂ ਸਾਰੀਆਂ ਸੰਗਤਾਂ ਕੋਣੇ ਕੋਣੇ 'ਚੋਂ ਹਰ ਐਤਵਾਰ ਨੂੰ ਇੱਥੇ ਇਹਨਾਂ ਨੇ ਪਹੁੰਚਣਾ ਹੈ। ਇਹ ਇੰਨੀ ਅੱਛੀ ਸੇਵਾ ਇਸ ਵੇਲੇ 3 ਸਾਲ ਪਹਿਲਾਂ ਇਹਨਾਂ ਨੇ ਕੀਤੀ ਹੈ ਕਿ ਅੱਜ ਉਹੀ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਲੋਕਾਂ ਨੇ ਫਿਰ ਜਿਹੜਾ ਹੈ ਇਹਨਾਂ ਨੂੰ ਜਿਹੜਾ ਹੈ ਸੇਵਾ ਸੌਂਪੀ ਹੈ ਕਿ ਬਗਲ ਵਿੱਚ 1,09,00,000 ਰੁਪਏ ਦਾ ਜਿਹੜਾ ਹੈ ਉਹ ਇੱਕ ਪਲੋਟ ਜਿਹੜਾ ਹੈ ਖਰੀਦਿਆ ਹੈ, ਔਰ ਇਹਦੇ ਬਗਲ 'ਚ ਇੱਕ ਹੋਰ ਪਲੋਟ ਹੈ, ਅਗਰ ਵਾਹਿਗੁਰੂ ਨੇ ਸਭ ਠੀਕ ਠਾਕ ਰਿਹਾ, ਵਾਹਿਗੁਰੂ ਦੀ ਕਿਰਪਾ ਰਹੀ, ਤਾਂ ਬਗਲ ਵਾਲਾ ਵੀ ਇੱਕ ਹੋਰ ਪਲੋਟ ਹੈ ਕਿ ਅਗਰ ਉਹ ਵੇਚਣ ਨੂੰ ਤਿਆਰ ਹੈ ਤਾਂ ਅਸੀਂ ਲੈਣ ਨੂੰ ਤਿਆਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਅਸੀਂ ਸੱਚੇ ਮਨ ਦੇ ਨਾਲ ਉਸ ਪਰਮੇਸ਼ਰ ਦੇ ਅੱਗੇ ਅਰਦਾਸ ਕਰਦੇ ਹਾਂ ਤਾਂ ਸਾਡੀ ਅਰਦਾਸ ਕਦੇ ਵੀ ਵਿਰਥੀ ਨਹੀਂ ਜਾਂਦੀ। ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੀ ਇਸ ਖਾਸ ਕਵਰੇਜ ਦੇ ਮੌਕੇ ਇੱਕ ਬੀਬੀ ਨੇ ਗੁਰਦੁਆਰਾ ਸਾਹਿਬ ਵਿੱਚ ਆਪਣੀ ਕੀਤੀ ਅਰਦਾਸ ਦੀ ਸ਼ਕਤੀ ਬਾਰੇ ਦੱਸਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਇਸ ਦਰ ਦੇ ਉੱਤੋਂ ਬਾਬਾ ਜੀ ਸੇ ਦਰ ਤੋਂ ਝੋਲੀ ਬਣ ਕੇ ਖੈਰ ਮੰਗੀ ਸੀ ਕਿ ਮੇਰੇ ਵੀਰ ਜੀ ਦਾ ਬਹੁਤ ਵੱਡਾ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ ਸੀ। ਉਸ ਐਕਸੀਡੈਂਟ ਦੇ ਵਿੱਚ ਉਹਨਾਂ ਦਾ ਜਬਾੜਾ ਇਸ ਤਰ੍ਹਾਂ ਟੁੱਟਾ ਸੀ ਕਿ ਡਾਕਟਰ ਇਕੱਲੇ ਨੇ ਕਿਹਾ ਸੀਗਾ ਕਿ ਇਹਨਾਂ ਦਾ ਜਬਾੜਾ ਬਣ ਨਹੀਂ ਸਕਦਾ। ਮੈਨੂੰ ਇੰਨਾ ਭਰੋਸਾ ਸੀਗਾ ਕਿ ਮੈਂ ਬਾਬਾ ਜੀ, ਮੈਂ ਬਚਪਨ ਤੋਂ ਤੁਹਾਡੀ ਬੱਚੀ ਬਣੀ ਹਾਂ, ਇਹ ਖੈਰ ਮੈਨੂੰ ਮਿਲਣੀ ਚਾਹੀਦੀ ਆ। ਲੇਕਿਨ ਇਹ ਬਾਬਾ ਜੀ ਨੇ ਖੈਰ ਮੇਰੀ ਝੋਲੀ 'ਚ ਪਾਈ, ਉਹਨਾਂ ਦਾ ਜਬਾੜਾ ਡਾਕਟਰ ਇਕੱਲੇ ਨੂੰ ਜਿਸ ਤਰ੍ਹਾਂ ਹੈ ਕਿ ਇਸੇ ਸਤਾਰ ਦੇ ਨਾਲ ਬੰਨੋ, ਇਸ ਤਰ੍ਹਾਂ ਠੀਕ ਹੋ ਜਾਣਗੇ। ਅੱਜ ਵੀ ਉਹ ਮੇਰਾ ਭਰਾ ਭਲਾਈ ਦੇ ਵਿੱਚ ਠੀਕ ਨੇ। ਸਾਡੀ ਅੱਜ ਦੀ ਇਸ ਪੇਸ਼ਕਸ਼ ਵਿੱਚ ਬਸ ਇੰਨਾ ਹੀ। ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨਾਂ ਦੇ ਨਾਲ। ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।